ਕਿਸਾਨਾਂ ਮਜ਼ਦੂਰਾਂ ਦੇ ਕਾ ਜਿੰਦਾਬਾਦ। ਇਹ ਸੰਘਰਸ਼ ਕਰਨੇ ਪੈਂਦੇ ਨੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਵੰਤ ਸਿੰਘ ਲੌਕਾ, ਜ਼ਿਲ੍ਹਾ ਪ੍ਰੈਸ ਸਕੱਤਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਅੱਜ ਜੋ ਇੱਥੇ ਰੇਲਵੇ ਟਰੈਕ ਜਾਮ ਕੀਤਾ ਗਿਆ ਹੈ, ਇਹ ਕੋਈ ਕਿਸਾਨਾਂ ਦਾ ਸ਼ੌਂਕ ਨਹੀਂ, ਇਹ ਮਜ਼ਬੂਰੀ ਵੱਸ ਹੋ ਕੇ ਅੱਜ ਰੇਲਵੇ ਟਰੈਕ ਜਾਮ ਕੀਤਾ ਗਿਆ ਹੈ, ਜੋ ਸਰਕਾਰ ਵੱਲੋਂ ਪਿਛਲੇ ਦਿਨਾਂ ਤੋਂ ਪਰਾਲੀ ਨੂੰ ਸਾੜਨ ਤੋਂ ਲੈ ਕੇ ਕਿਸਾਨਾਂ ਉੱਤੇ ਪਰਚੇ ਦਰਜ ਕੀਤੇ ਜਾ ਰਹੇ ਨੇ, ਅਤੇ ਉਹਨਾਂ ਨੂੰ ਖੇਤੀ ਲਈ ਕੋਈ ਢੁਕਵੇਂ ਸੰਦ ਨਹੀਂ ਦਿੱਤੇ ਗਏ। ਜੋ NGT ਵੱਲੋਂ ਹੁਕਮ ਦਿੱਤੇ ਗਏ ਸਨ ਕਿ ਛੋਟੇ ਕਿਸਾਨਾਂ ਨੂੰ ਫ੍ਰੀ ਖੇਤੀ ਸੰਦ ਮੁਹੱਈਆ ਕਰਾਏ ਜਾਣ, ਪਰਾਲੀ ਦੀ ਰਹਿੰਦ ਖੂੰਹਦ ਨੂੰ ਸਾਂਭਣ ਵਾਸਤੇ 5 ਤੋਂ ਜ਼ਿਆਦਾ ਕਿੱਲਿਆਂ ਵਾਲੇ ਕਿਸਾਨਾਂ ਨੂੰ 80% ਸਬਸਿਡੀ 'ਤੇ ਖੇਤੀ ਸੰਦ ਦਿੱਤੇ ਜਾਣ। ਪਰ ਪੰਜਾਬ ਸਰਕਾਰ ਦੀ ਨਲਾਇਕੀ ਹੈ ਕਿ ਕਿਸੇ ਵੀ ਕਿਸਾਨ ਨੂੰ ਕੋਈ ਵੀ ਖੇਤੀ ਸੰਦ ਹਜੇ ਤੱਕ ਨਹੀਂ ਦਿੱਤਾ ਗਿਆ। ਮਜ਼ਦੂਰ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਸਕੱਤਰ ਸਾਹਿਬ ਸਿੰਘ ਜੀ ਤੀਨੇ ਕਿ ਇਹ ਵੀਰੋ ਜੋ ਅੱਜ ਫਿਰੋਜ਼ਪੁਰ ਜਲੰਧਰ ਰੇਲਵੇ ਟਰੈਕ ਪਿੰਡ ਬੂਟੇ ਵਾਲੇ ਸਟੇਸ਼ਨ 'ਤੇ ਜਾਮ ਕੀਤਾ ਗਿਆ, ਇਹ ਕਿਸਾਨਾਂ ਦੀ ਮਜਬੂਰੀ ਆ, ਕਿਉਂਕਿ ਕਿਸਾਨਾਂ ਦੇ ਧੜਾਧੜ ਪਰਾਲੀ ਸਾੜਨ ਦੇ ਦੋਸ਼ ਪਰਚੇ ਦਰਜ ਕੀਤੇ ਜਾ ਰਹੇ ਆ, ਕਿਉਂਕਿ ਕੈਪਟਨ ਸਰਕਾਰ ਇਹ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਦੇ ਮੁਆਵਜ਼ਾ 200 ਰੁਪਈਆ ਦੇਵੇ ਜਾਂ ਪ੍ਰਤੀ ਇੱਕ ਕਿੱਲੇ ਦੇ ਹਿਸਾਬ ਨਾਲ 6,000 ਰੁਪਈਆ ਦਿੱਤਾ ਜਾਵੇ, ਨਹੀਂ ਤਾਂ ਕਿਸਾਨ ਮਜਬੂਰੀ ਕਾਰਨ ਪਰਾਲੀਆਂ ਨੂੰ ਅੱਗ ਲਾਉਣਗੇ, ਕਿਉਂਕਿ ਕਿਸਾਨ ਵੀ ਚਾਹੁੰਦਾ ਵਾ ਕਿ ਮੈਂ ਪਰਾਲੀ ਨੂੰ ਨਾ ਅੱਗ ਲਾਵਾਂ, ਕਿਉਂਕਿ ਕਿਸਾਨ ਕੋਲ ਪਰਾਲੀ ਦੀ ਭਰਪਾਈ ਵਾਸਤੇ ਹੋਰ ਕੋਈ ਸਾਧਨ ਨਹੀਂ, ਕਿਉਂਕਿ ਕੈਪਟਨ ਸਰਕਾਰ ਪਹਿਲਾਂ ਹੀ ਕਰਜ਼ੇ ਤੋਂ ਬਿਲਕੁਲ ਮੁੱਕਰ ਚੁੱਕੀ ਆ, ਹੁਣ ਇਹ ਕਿਸਾਨਾਂ ਨੂੰ ਝੂਠੇ ਦੋਸ਼ੀ ਬਣਾ ਰਹੀ ਆ, ਕਿਉਂਕਿ ਅੰਨਦਾਤਾ ਸੀ ਇਹਨੂੰ ਹੁਣ ਦੋਸ਼ੀ ਬਣਾਇਆ ਜਾ ਰਿਹਾ ਵਾ, ਝੂਠੇ ਪਰਚੇ ਦਰਜ ਕੀਤੇ ਜਾ ਰਹੇ ਆ, ਜੋ ਕਿਸਾਨਾਂ ਦੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਉਹਨਾਂ ਨੂੰ ਰੱਦ ਕੀਤਾ ਜਾਵੇ, ਅਤੇ ਕਿਸਾਨਾਂ ਨੂੰ ਪਰਾਲੀ ਵਾਸਤੇ ਭਰਪਾਈ ਵਾਸਤੇ 6,000 ਰੁਪਏ ਪ੍ਰਤੀ ਏਕੜ ਦਿੱਤਾ ਜਾਵੇ, ਕਿਉਂਕਿ ਕਿਸਾਨਾਂ ਦੀ ਮੰਗ ਆ, ਕਿਸਾਨ ਹਰ ਰੋਜ਼ ਦੁਖੀ ਆ, ਖੁਦਕੁਸ਼ੀਆਂ ਕਰਨ ਦਾ ਆ, ਇਹ ਕਿਸਾਨਾਂ ਦੀ ਮਜਬੂਰੀ ਆ, ਕਿਉਂਕਿ ਇਹ ਜੋ ਝੋਨਾ ਵਾ ਇਹਦੀ ਨਵੀਂ ਜਿਹੜੀ ਆ ਇਹ ਝੋਨੇ ਨੂੰ ਲੇਟ ਕਰਨ ਹੋਈ ਆ, ਕਿਉਂਕਿ ਕਿਸਾਨਾਂ ਹੁਣ ਮੰਡੀਆਂ 'ਚ ਵੀ ਝੋਨਾ ਵੀ ਰੋਲ ਰਿਹਾ ਵਾ। ਕਿ ਜਿਹੜਾ ਸਾਡਾ ਅੱਜ ਦਾ ਜਿਹੜਾ ਧਰਨਾ ਲੱਗਾ ਹੋਇਆ ਇੱਥੇ ਪਿੰਡ ਬੂਟੇਵਾਲੇ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ 'ਚ, ਜਿਹੜਾ ਪਰਾਲੀ ਦਾ ਮੇਨ ਮਕਸਦ ਮੁੱਦਾ ਸਾਡਾ, ਜਿਹੜਾ ਸਾਨੂੰ ਸਰਕਾਰ ਵੱਲੋਂ ਜਿਹੜਾ ਅਸੀਂ ਦੇਣੇ ਜਾਣੇ ਸੰਦ ਦੇਣੇ ਸੀ ਫ੍ਰੀ, ਉਹ ਨਹੀਂ ਦਿੱਤੇ ਗਏ। ਛੋਟੇ ਕਿਸਾਨ ਜਿਹੜੇ ਨੇ ਉਹ ਅੱਗੇ ਹੀ ਬੜਾ ਇੱਕ ਕਰਜ਼ੇ ਦੀ ਮਾਰ ਥੱਲੇ ਆਏ ਪਏ ਨੇ, ਅਤੇ ਜੇਕਰ ਉਹ ਪਰਾਲੀ ਦਾ ਬੋਝ ਉਹਨਾਂ 'ਤੇ ਹੋਰ ਪੈਂਦਾ, ਉਹਨਾਂ ਨੂੰ ਹੋਰ ਵੀ ਜਿਹੜੀ ਆ ਇਹ ਮਰੇ ਜਿਹੜੀ ਵੱਡੀ ਹੋ ਗਈ ਉਹਨਾਂ ਵਾਸਤੇ। ਅਤੇ ਜਿਹੜਾ ਆਹ ਜਿਹੜਾ ਦੂਜਾ ਮਸਲਾ ਆਇਆ ਝੋਨੇ ਦੀ ਨਵੀਂ ਦਾ, ਇਹ ਜਿਹੜਾ ਇਹਨਾਂ ਵੱਲੋਂ ਝੋਨਾ ਲੇਟ ਕਰਾਇਆ ਗਿਆ, ਉਹ ਝੋਨਾ ਲੇਟ ਕਰਨ ਦੀ ਵਜ੍ਹਾ ਕਰਕੇ ਜਿਹੜੀ ਝੋਨੇ ਨਵੀਂ ਜ਼ਿਆਦਾ ਹੋ ਗਈ ਆ, ਅਤੇ ਸਰਕਾਰ ਜਿਹੜੀ ਆ ਉਹ 17 ਮੋਚਰ ਦੀ ਗੱਲ ਕਰਦੀ ਆ, ਅਤੇ ਜਿਹੜਾ ਝੋਨੇ ਦੀ ਨਵੀਂ ਉਹ 25 ਥੱਲੇ ਨਹੀਂ ਆ ਰਹੀ, ਇਹ ਕਿਸਾਨਾਂ ਵਾਸਤੇ ਵੀ ਇੱਕ ਮਾਰੂ ਨੀਤੀ ਬਣ ਚੁੱਕੀ ਆ। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ 1 ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ, ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ, ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ, ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ, ਹਰ ਸਮੱਸਿਆ ਦਾ ਹੱਲ 101% ਗਰੰਟੀ ਦੇ ਨਾਲ ਕਰਾਂਗੇ, ਕਾਲੇ ਇਲਮ ਦਾ ਸਮਾਧਾਨ ਗਰੰਟੀ ਦੇ ਨਾਲ ਕਰਾਓ, ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ, ਸੰਪਰਕ ਕਰੋ 97 817 71 820।